السلام علیکم اور صاحب بھائی خیریت سے ہیں ماشاء اللہ ماشاء اللہ اللہ تندرستی دے اللہ صحتاں دے وے سارے بھن بھراواں نوں ماواں نوں بھی پیواں نوں بھی صحت دے اللہ تندرستی دے ماشاء اللہ الحمدللہ جی اسیں با جماعت نماز ادا کر کے فجر دی تے باہر سیر کرن آئے ہیں تے باہر تے کافی ٹھنڈ ہو گئی دی ہے بہرحال چادر بھی لئی دی ہے کوئی نہیں گل ਅਤੇ ਉਂਝ ਠੰਡ ਹੋ ਗਈ ਦੀ ਹੈ ਅਤੇ ਅਸੀਂ ਹੁਣ ਆਪਣੇ ਡੁੰਬਰ 'ਤੇ ਪੁੱਜ ਗਏ ਹਾਂ ਸੈਰ ਕੀਤੀ ਹੈ ਸੈਰ ਕਰਕੇ ਅਤੇ ਅਸੀਂ ਹੁਣ ਵਾਪਸੀ ਚੱਲੇ ਹਾਂ ਅਤੇ ਅੱਜ ਇਨਸ਼ਾਅੱਲਾ ਅਸੀਂ ਆਪਣੀ ਬੱਕਰੀਆਂ ਦਾ ਸ਼ੌਕ ਕਰਾਂਗੇ ਕਿਉਂਕਿ ਕਾਫੀ ਦਿਨ ਹੋ ਗਿਆ ਬੱਕਰੀਆਂ ਦਾ ਸ਼ੌਕ ਕੀਤੇ ਤੇ ਅਤੇ ਅਸੀਂ ਹੁਣ ਵਾਪਸੀ ਚੱਲੇ ਹਾਂ ਡੁੰਬਰ ਤੋਂ ਹੋ ਕੇ ਅਤੇ ਅਸੀਂ ਹੁਣ ਆਪਣੀ ਬੱਕਰੀਆਂ ਦਾ ਸ਼ੌਕ ਕਰਨੇ ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੋਹਣੀ ਕਣਕ ਉੱਗਦੀ ਪਈ ਹੈ ਅਲੱਗ ਬਹੁਤ ਗਿੱਲੀ ਪੈ ਲਈ ਹੈ ਲਓ ਜੀ ਇਹ ਮਾਸ਼ਾਅੱਲਾ ਸਾਡਾ ਸ਼ਟਾਲਾ ਬੱਕਰੀਆਂ ਦਾ ਅਤੇ ਮਹੀਆਂ ਦਾ ਗਾਈਆਂ ਦਾ ਗਾਈਂ ਵੀ ਰੱਖੀ ਦੀ ਹੈ ਮਹੀਂ ਵੀ ਰੱਖੀ ਦੀ ਹੈ ਬੱਕਰੀਆਂ ਵੀ ਰੱਖੀ ਦੀਆਂ ਨੇ ਅਤੇ ਸਹੀ ਸ਼ਟਾਲਾ ਜਾ ਰਿਹਾ ਹਾਲੀ ਕਿਆਰਾ ਵਢਾਇਆ ਨਹੀਂ ਅਤੇ ਪਿੱਛੋਂ ਫਿਰ ਮਾਸ਼ਾਅੱਲਾ ਤਿਆਰ ਹੁੰਦਾ ਪਿਆ ਅਤੇ ਇੱਕ ਕਿਆਰਾ ਰਹਿੰਦਾ ਵੱਢਣੇ ਵਾਲਾ ਕਿਉਂਕਿ ਜਾਨਵਰ ਜ਼ਿਆਦਾ ਹੋਣ ਤਾਂ ਫਿਰ ਉਹ ਤੁਹਾਨੂੰ ਪਤਾ ਕਿ ਜੋ ਹਿਸਾਬ ਕਿਤਾਬ ਹੁੰਦਾ ਜੀ ਲਓ ਜੀ ਹੁਣ ਜਾ ਕੇ ਤਾਂ ਬੱਕਰੀਆਂ ਕੱਢਣੀਆਂ ਬੱਕਰੀਆਂ ਦਾ ਸ਼ੌਕ ਕਰਨੇ ਆ ਇਨਸ਼ਾ ਅੱਲਾ ਲੇਲਾ ਪ੍ਰਾਹੁਣਾ ਆਇਆ ਦਾ ਇੱਕ ਉਹ ਪੱਲੀ ਭੱਠ ਆਪਣੀ ਅਤੇ ਇੱਕ ਹੈ ਕਾਲੀ ਭੱਠ ਅਤੇ ਇਹ ਸਾਡਾ ਸ਼ੇਰੂ ਸ਼ੇਰੂ ਨੂੰ ਬੰਨ ਛੱਡਿਆ ਕਿ ਸੜਕੇ ਫਿਰਦਾ ਇਹ ਸਾਡਾ ਸ਼ੌਕ ਹੈ ਜੀ ਬੱਕਰੀਆਂ ਦੋ ਬੱਕਰੀਆਂ ਇੱਕ ਸ਼ੇਰ ਇਹ ਲੇਲਾ ਪ੍ਰਾਹੁਣਾ ਆਇਆ ਦਾ ਇਹਨਾਂ ਨੂੰ ਪੱਠੇ ਪਾਏ ਨੇ ਸਵੇਰੇ ਸਵੇਰੇ ਅਤੇ ਹੁਣ ਪਾਣੀ ਛਾਣੀ ਡਾਹ ਕੇ ਅਤੇ ਫਿਰ ਉਹ ਦੂਰ ਬੰਨ ਜਾਵਾਂਗੇ ਧੁੱਪੇ ਕਿਉਂਕਿ ਇਹ ਕਾਲੀ ਬੱਕਰੀ ਨੂੰ ਠੰਡ ਬੜੀ ਲੱਗਦੀ ਹੈ ਸਾਰੇ ਲੂਣ ਕੰਡੇ ਖੜ੍ਹੇ ਹੋਏ ਨੇ ਹਾਂ ਬਾਈ ਪੱਠੇ ਖਾ ਲਏ ਜੇ ਚਲੋ ਪਾਣੀ ਭਰ ਕੇ ਪਿਲਾਉਂਦੇ ਹਾਂ ਤੁਹਾਨੂੰ
ਸ਼ੇਰੂ ਨੂੰ ਦੁੱਧ ਘੱਟ ਲੱਭਦਾ ਪਿਆ ਇਸ ਟਾਈਮ 'ਤੇ, ਹੁਣ ਜਿਹੜਾ ਨਾ ਝੋਖਰ ਪਾਇਆ ਜਾ ਸ਼ੇਰੂ ਅੱਗੇ, ਸ਼ੇਰੂ ਨੂੰ ਠੰਡ ਵੀ ਲੱਗਦੀ ਪਈ ਹੈ। ਲਓ ਜੀ ਬੱਕਰੀਆਂ ਆ ਕੇ ਤੇ ਬੰਨ ਛੱਡੀਆਂ ਦੂਰ। ਸਾਡੀ ਡਿਊਟੀ ਮੁੱਕ ਗਈ ਹੁਣ ਬੱਕਰੀਆਂ 'ਚ, ਹੁਣ ਸ਼ੇਰੂ ਰਹਿ ਗਿਆ ਉੱਧਰ।